ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਿੱਕੀ ਜੀ ਆਇਆਂ ਵੈਲਕਮ ਸਤਿ ਸ਼੍ਰੀ ਅਕਾਲ। ਟੋਰਾਂਟੋ ਦੇ ਵਿੱਚ ਸਾਰੇ ਪਤੰਦੇ ਸਜੈਂਟ, ਸਾਰਾ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਇੱਥੇ ਪਹੁੰਚੇ ਹਾਂ। ਡਾਕਾ ਮੂਵੀ ਆ ਬਾਈ ਗਿੱਪੀ ਗਰੇਵਾਲ ਹੋਣਾ ਦੀ, ਸੋ ਉਹਦੇ ਲਈ ਆਪਾਂ ਸਾਰੇ ਇੱਥੇ ਆਏ ਹਾਂ ਅਤੇ ਗਿੱਪੀ ਗਰੇਵਾਲ ਬਾਈ ਜੀ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਆ। ਜਿਵੇਂ ਤੁਸੀਂ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਨੂੰ ਪਿਆਰ ਦਿੱਤਾ, ਉਸੇ ਤਰੀਕੇ ਦੇ ਨਾਲ ਆਸ ਆ ਕਿ ਡਾਕਾ ਮੂਵੀ ਨੂੰ ਵੀ ਤੁਸੀਂ ਭਰਮਾ ਹੁੰਗਾਰਾ ਦਿਓਗੇ। ਅਤੇ ਇੱਕ ਰਿਕੁਐਸਟ ਆ ਕਿ ਜਦੋਂ ਤੁਸੀਂ ਜਾਓਗੇ, ਜਿਹੋ ਜਿਹੀ ਮੂਵੀ ਲੱਗੀ ਰਿਵਿਊ ਜ਼ਰੂਰ ਦੇ ਕੇ ਜਾਇਓ, ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾ ਕੇ ਜ਼ਰੂਰ ਅਪਡੇਟ ਕਰਿਓ ਤੁਹਾਨੂੰ ਇਹ ਮੂਵੀ ਕਿੱਦਾਂ ਦੀ ਲੱਗੀ ਆ, ਕਿੱਦਾਂ ਦਾ ਸਸਪੈਂਸ ਸੀ। ਬਾਕੀ ਮੈਂ ਗਿੱਪੀ ਗਰੇਵਾਲ ਬਾਈ ਜੀ ਨੂੰ ਇੱਥੇ ਅਨਾਊਂਸ ਕਰਦਾ ਕਿ ਉਹ ਜ਼ਰੂਰ ਸਾਡੇ ਕੋਲ ਆਉਣ, ਉਹ ਦੱਸਣਗੇ ਕਿ ਇਸ ਮੂਵੀ ਦਾ ਖਾਸ ਤੌਰ ਤੇ ਸਵਾਭ ਕਿਵੇਂ ਬਣਿਆ। ਤੇ ਗਿੱਪੀ ਗਰੇਵਾਲ ਸਾਹਿਬ ਸਾਡੇ ਦਰਮਿਆਨ ਨੇ, ਗਿੱਪੀ ਬਾਈ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਪਲੀਜ਼। ਬਹੁਤ ਬਹੁਤ ਸ਼ੁਭਕਾਮਨਾਵਾਂ ਟੋਰਾਂਟੋ ਦੀ ਆਡੀਅੰਸ ਵੱਲੋਂ ਡਾਕਾ ਦੇ ਲਈ, ਬਹੁਤ ਬਹੁਤ ਬੈਸਟ ਵਿਸ਼ਸ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਲੱਗਦਾ ਕਿ ਸਾਡੀ ਹਰੇਕ ਫਿਲਮ ਦਾ ਹੀ ਆਲਮੋਸਟ ਇੱਥੇ ਪ੍ਰੀਮੀਅਰ ਹੁੰਦਾ ਵਾ, ਅਤੇ ਮੈਂ ਆਲਵੇਜ਼ ਕੋਸ਼ਿਸ਼ ਕਰਦਾ ਕਿ ਹਰ ਪ੍ਰੀਮੀਅਰ ਦੇ ਉੱਤੇ ਪਹੁੰਚਾਂ। ਜਿਹੜਾ ਇਹ ਡਾਕਾ ਦਾ ਪ੍ਰੀਮੀਅਰ ਹੈ, ਪਹਿਲੀ ਤੁਸੀਂ ਮਤਲਬ ਸਾਰੇ ਉਹ ਬੰਦੇ ਹੋ ਜਿਹੜੇ ਪਹਿਲੀ ਵਾਰੀ ਫਿਲਮ ਦੇਖ ਰਹੇ ਹੋ ਡਾਕਾ, ਇਨਕਲੂਡਿੰਗ ਮੀ, ਕਿਉਂਕਿ ਮੈਂ ਅੱਗੇ ਹਮੇਸ਼ਾ ਆਪਣੀ ਫਿਲਮ ਦੇਖ ਕੇ ਆਉਣਾ ਵਾਂ। ਐਤਕੀ ਮੈਂ ਜਿਹੜੀ ਫਿਲਮ ਦੇਖੀ ਆ ਡਾਕਾ, ਮੈਂ ਟੋਟਿਆਂ ਜਾਂ 'ਚ ਦੇਖੀ ਸੀ, ਪ੍ਰੋਪਰ ਜੁੜੀ ਹੋਈ ਜਿੱਦਾਂ ਤੁਸੀਂ ਦੇਖਣੀ ਆ ਉਹ ਅੱਜ ਮੈਂ ਵੀ ਤੁਹਾਡੇ ਨਾਲ ਹੀ ਦੇਖਣੀ ਹੈ। ਸੋ ਕਿੱਦਾਂ ਦੀ ਫਿਲਮ ਲੱਗੀ ਰਿਵਿਊ ਜ਼ਰੂਰ ਦੇ ਕੇ ਜਾਇਓ, ਫੀਡਬੈਕ ਜ਼ਰੂਰ ਦਿਓ, ਤੁਹਾਡੇ ਫੀਡਬੈਕ ਸਾਡੇ 'ਤੇ ਬਹੁਤ ਅਸਰ ਕਰਦੇ ਆ, ਅਤੇ ਥੈਂਕ ਯੂ ਸੋ ਮਚ। ਬਾਕੀ ਆਪਾਂ ਫਿਲਮ ਦੇਖਣ ਤੋਂ ਬਾਅਦ 'ਚ ਫਿਰ ਮਿਲਦੇ ਹਾਂ ਜੀ, ਅਤੇ ਜੇ ਕਿਸੇ ਨੇ ਗਾਲਾਂ ਕੱਢੀਆਂ ਹੋਈਆਂ ਉਹ ਸਾਈਡ 'ਤੇ ਸਪੈਸ਼ਲ ਆਡੋ ਆਡੀ, ਅਤੇ ਕੈਮਰਿਆਂ 'ਤੇ ਵਧੀਆ ਵਧੀਆ ਬੋਲ ਕੇ ਜਾਣਾ ਸਾਰਿਆਂ ਨੇ। ਦੇਖੋ ਰਿਵਿਊਜ਼ ਦਾ ਮਤਲਬ ਬੇਸਿਕਲੀ ਇਹ ਹੁੰਦਾ, ਕਿਉਂਕਿ ਜਦੋਂ ਤੁਸੀਂ ਜਾ ਕੇ ਲਿਖਦੇ ਹੋ, ਇਹ ਤਾਂ ਫਿਰ ਵੀ ਕਮਰਸ਼ੀਅਲ ਫਿਲਮ ਹੈ, ਇੱਕ ਇਹ ਉਹ ਫਿਲਮ ਆ ਕਿ ਜਿਹੜੀ ਤੁਹਾਨੂੰ ਹਸਾਊਗੀ, ਇੰਟਰਟੇਨ ਕਰੂਗੀ। ਬਟ ਜਦੋਂ ਲਾਸਟ ਟਾਈਮ ਤੁਸੀਂ ਤੁਹਾਡਾ ਬਹੁਤ ਬਹੁਤ ਥੈਂਕ ਯੂ, ਜਿੰਨੇ ਬੰਦੇ ਵੀ ਅਰਦਾਸ ਕਰਾਂ ਦੇ ਪ੍ਰੀਮੀਅਰ 'ਤੇ ਆਏ ਸੀਗੇ, ਸੋ ਜਦੋਂ ਤੁਸੀਂ ਉਹਦੇ ਬਾਰੇ ਫੀਡਬੈਕ ਦਿੱਤੇ ਸੀ ਆਪਣੇ, ਉਹ ਇੱਕ ਇੱਦਾਂ ਦੀ ਫਿਲਮ ਸੀ, ਉਸ ਟਾਈਪ ਦੀਆਂ ਫਿਲਮਾਂ ਨੂੰ ਆਮ ਲੋਕ ਕਮਰਸ਼ੀਅਲ ਨਹੀਂ ਸਮਝਦੇ, ਲੋਕ ਦੇਖਣ ਨਹੀਂ ਜਾਂਦੇ, ਸਿਰਫ ਲੋਕਾਂ ਦੇ ਰਿਵਿਊਜ਼ ਕਰਕੇ, ਲੋਕਾਂ ਦੇ ਫੀਡਬੈਕ ਕਰਕੇ, ਮਾਊਥ ਪਬਲਿਸਿਟੀ ਕਰਕੇ, ਉਹ ਮਾਊਥ ਵਰਡ ਆਫ ਮਾਊਥ ਕਰਕੇ ਲੋਕਾਂ ਨੇ ਜਾ ਕੇ ਉਹ ਫਿਲਮ ਦੇਖੀ ਸੀ। ਸੋ ਤਾਂ ਹੀ ਕਹਿੰਦੇ ਆ ਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ, ਹਰ ਬੰਦੇ ਦੇ ਹੱਥ 'ਚ ਜਿਹੜਾ ਫੋਨ ਹੈ, ਇਹਦੇ ਹੱਥ 'ਚ ਪਾਵਰ ਹੈ। ਸੋ ਜੇ ਆਪਣੇ ਹੱਥ 'ਚ ਪਾਵਰ ਹੈ ਤਾਂ ਆਪਾਂ ਉਹਦਾ ਰਾਈਟ ਯੂਜ਼ ਕਰੀਏ, ਤੁਹਾਨੂੰ ਜਿੱਦਾਂ ਲੱਗੀ ਫੀਡਬੈਕ ਦਿਓ, ਪਰ ਦਿਆ ਜ਼ਰੂਰ ਕਰੋ। ਔਰ ਦੂਜਾ, ਆਪਾਂ ਕਹਿੰਦੇ ਰਹਿੰਦੇ ਹਾਂ ਕਿ ਅਸੀਂ ਪੰਜਾਬੀ ਲਈ ਆਹ ਕਰਦੇ ਹਾਂ, ਅਸੀਂ ਪੰਜਾਬੀ ਲਈ ਉਹ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਤੁਹਾਡਾ ਵੀ ਫਰਜ਼ ਬਣਦਾ ਕਿ ਆਪਾਂ ਪੰਜਾਬੀ ਸਿਨੇਮੇ ਨੂੰ ਜ਼ਿਆਦਾ ਸਪੋਰਟ ਕਰੀਏ। ਇਹ ਨਾ ਹੋਵੇ ਕਿ ਆਪਾਂ ਲਾਇਨ ਕਿੰਗ ਹੀ ਦੇਖਦੇ ਰਹੀਏ ਅੰਗਰੇਜ਼ੀ 'ਚ, ਹੈ ਨਾ। ਸੋ ਇਹਨੂੰ ਵੀ ਜ਼ਰੂਰ ਸਪੋਰਟ ਕਰਿਆ ਕਰੋ, ਸਾਡੇ ਕੋਲ ਪੈਸੇ ਘੱਟ ਨੇ, ਇਹ ਚੀਜ਼ ਤੁਸੀਂ ਦੇਖਿਆ ਕਰੋ ਵੀ ਅਸੀਂ ਅਵੈਂਜਰ ਨਹੀਂ ਬਣਾ ਸਕਦੇ, ਸਾਡਾ ਅਵੈਂਜਰ ਡਾਕਾ ਹੀ ਹੈ। ਸੋ ਪਰ ਆਪਣਾ ਪਰ ਅਵੈਂਜਰ ਨੇ ਤੁਹਾਨੂੰ ਉਹ ਪਿੰਡ ਦੀਆਂ ਨਾਲੀਆਂ ਨਹੀਂ ਦਿਖਾਉਣੀਆਂ ਜਿਹੜੀਆਂ ਤੁਹਾਨੂੰ ਮੈਂ ਦਿਖਾਊਂਗਾ। ਸੋ ਤੁਸੀਂ ਪਿੰਡ ਦੇ ਵਿੱਚ, ਤੁਹਾਨੂੰ ਮੈਂ ਹੀ ਲੈ ਕੇ ਜਾ ਸਕਦਾ ਵਾਂ। ਸੋ ਸਾਡੀ ਟੀਮ, ਸਾਡੇ ਜਿੰਨੇ ਵੀ ਐਕਟਰ ਨੇ ਪੰਜਾਬੀ ਦੇ, ਜਿੰਨੇ ਮੁੰਡੇ ਫਿਲਮਾਂ, ਮੈਂ ਨਹੀਂ ਕਹਿ ਰਿਹਾ ਕਿ ਮੇਰੀਆਂ ਫਿਲਮਾਂ, ਸਾਰਿਆਂ ਦੀਆਂ, ਜਿਹੜਾ ਪ੍ਰੋਮੋ ਤੁਹਾਨੂੰ ਵਧੀਆ ਲੱਗਦਾ, ਜਿਹਦਾ ਤੁਹਾਨੂੰ ਐਕਸਪੈਕਟੇਸ਼ਨਸ ਹੁੰਦੀਆਂ ਨੇ, ਉਹਨੂੰ ਜ਼ਰੂਰ ਦੇਖਿਆ ਕਰੋ। ਉਸ ਫੀਡਬੈਕ ਦੇ ਨਾਲ ਹੀ ਪੰਜਾਬੀ ਸਿਨੇਮਾ ਤੁਹਾਡੇ ਮੋਢਿਆਂ ਦੇ ਉੱਤੇ ਖੜਾ, ਇਹ ਨਹੀਂ ਗਾ ਵੀ ਸਾਡਿਆਂ ਦੇ ਖੜਾ, ਤੁਹਾਡਿਆਂ ਦੇ ਵੀ ਨਾਲ ਹੀ ਖੜਾ ਵਾ। ਸੋ ਤੁਸੀਂ ਜਿਹੜੇ ਇਹ ਪੈਸੇ ਖਰਚ ਕੇ ਫਿਲਮਾਂ ਦੇਖਦੇ ਹੋ, ਉਹ ਉਹਨਾਂ ਹੀ ਅੱਗੇ ਜਾ ਰਿਹਾ ਵਾ। ਸੋ ਬਾਕੀ ਗੱਲਾਂ ਬਾਤਾਂ ਫਿਲਮ ਤੋਂ ਬਾਅਦ ਕਰਦੇ ਹਾਂ, ਕਿ ਗੋਰੇ ਨੇ ਕਿਤੇ ਇਹ ਵੀ ਨਹੀਂ ਪਤਾ ਗੱਲਾਂ ਕਰਦੇ ਕਰਦੇ ਚਲਾਈ ਦੇਣ ਪਿੱਛੋਂ, ਅਤੇ ਜੋ ਵੀ ਫੀਡਬੈਕ ਉਹ ਜ਼ਰੂਰ ਦੇ ਕੇ ਜਾਇਓ। ਥੈਂਕ ਯੂ ਸੋ ਮਚ, ਥੈਂਕ ਯੂ।
ਬਹੁਤ ਬਹੁਤ ਧੰਨਵਾਦ। ਅਰਦਾਸ ਕਰਾਂ ਦੀ ਤੁਸੀਂ ਗੱਲਬਾਤ ਕੀਤੀ, ਅਰਦਾਸ ਕਰਾਂ ਦੇ ਲਈ ਇੱਕ ਟੋਰਾਂਟੋ ਦੀ ਆਡੀਅੰਸ ਬੋਲੋ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ। ਥੈਂਕ ਯੂ ਵੈਰੀ ਮੱਚ ਅਰਦਾਸ ਕਰਾਂ ਦੀ ਜਿਹੜੇ ਮੁਬਾਰਕ। ਪੰਜਾਬ ਦੇ ਇੱਕ ਪਿੰਡ ਵਿੱਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਸਰਕਾਰੀ 50 ਕਰੋੜ ਦਾ ਕਪਲਾ ਕਰਕੇ ਭੱਜਣ ਵਾਲਾ ਸੁਖਚੈਨ ਹੋਇਆ ਪੁਲਿਸ ਦੀ ਹਿਰਾਸਤ ਵਿੱਚ। ਸੁਖਚੈਨ ਨੇ ਕੀਤਾ ਦਾਅਵਾ, ਜਿਹੜਾ ਵੀ ਉਸਨੂੰ ਜੇਲ੍ਹ ਵਿੱਚੋਂ ਕੱਢੇਗਾ ਉਸਨੂੰ ਉਹ 5 ਕਰੋੜ ਇਨਾਮ ਦੇਵੇਗਾ। ਕੀ ਕੋਈ ਅਜਿਹਾ ਇਸ ਪਿੰਡ ਵਿੱਚ ਹੈ ਜੋ ਇਹ ਕੰਮ ਕਰ ਸਕੇ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਅਰਸ਼ ਮਲੀ ਤੇ ਅੱਜ ਅਸੀਂ ਆਏ ਹਾਂ ਡਾਕਾ ਦੇ ਮੂਵੀ ਪ੍ਰੇਮਰ ਸਿਲਵਰ ਸਿਟੀ ਬ੍ਰਾਮਟਨ, ਜਿਹਦੇ ਚ ਨੇ ਗਿੱਪੀ ਗਰੇਵਾਲ, ਜ਼ਰੀਨ ਖਾਨ ਤੇ ਰਣਬੀਰ ਰਾਣਾ। ਇਸ ਮੂਵੀ ਵਿੱਚ ਪੂਰਾ ਥ੍ਰਿਲਰ ਹੈ, ਐਕਸ਼ਨ ਭਰਪੂਰ ਮੂਵੀ ਹੈ ਤੇ ਕਾਮੇਡੀ ਹੈ, ਸਸਪੈਂਸ ਹੈ। ਹੁਣ ਵੇਖਦੇ ਹਾਂ ਕਿ ਪਬਲਿਕ ਦੇ ਕੀ ਰਿਵਿਊਜ਼ ਨੇ ਇਸ ਮੂਵੀ ਨੂੰ ਲੈ ਕੇ। ਸ਼ਾਨਦਾਰ ਲੱਗੀ ਜੀ, ਬੜੀ ਵਧੀਆ ਮੂਵੀ ਹੈ। ਕੀ ਕਹਿਣਾ ਚਾਹੋਗੇ ਗਿੱਪੀ ਗਰੇਵਾਲ ਦੀ ਐਕਟਿੰਗ ਬਾਰੇ? ਗਿੱਪੀ ਗਰੇਵਾਲ ਬੜਾ ਚੰਗਾ ਐਕਟਰ ਹੈ ਜੀ, ਐਕਟਰ ਦੇ ਨਾਲ ਨਾਲ ਡਾਇਰੈਕਟਰ ਵੀ ਆ, ਔਰ ਉਹਨੇ ਇਹ ਮੂਵੀ ਲਿਖੀ ਵੀ ਆ, ਰਾਈਟਰ ਵੀ ਬਹੁਤ ਵਧੀਆ ਆ, ਬਹੁਤ ਸ਼ਾਨਦਾਰ ਹੈ ਜੀ। ਅਤੇ ਮਿਊਜ਼ਿਕ ਟੀ ਸੀਰੀਜ਼ ਦਾ ਕਿਵੇਂ ਦਾ ਲੱਗਿਆ? ਟੀ ਸੀਰੀਜ਼ ਤਾਂ ਹਰ ਵੇਲਾ ਕਮਾਲ ਹੀ ਕਰਦੀ ਹੈ ਜੀ, ਬੜਾ ਸ਼ਾਨਦਾਰ ਮਿਊਜ਼ਿਕ। ਪਹਿਲਾ ਹੀ ਗਾਣਾ ਜਿਹੜਾ ਪਾਵੇਂ ਫੁਲਕਾਰੀ ਉੱਤੇ ਫੁੱਲ ਬੂਟੀਆਂ, ਬੜਾ ਸ਼ਾਨਦਾਰ ਜੀ, ਉੱਥੋਂ ਮਿਊਜ਼ਿਕ ਬਹੁਤ ਸ਼ਾਨਦਾਰ ਜਾ ਰਿਹਾ। ਥੈਂਕ ਯੂ। ਹਾਂਜੀ ਮੈਮ, ਵਾਜ਼ ਅ ਗੁੱਡ ਮੂਵੀ। ਥੈਂਕ ਯੂ। ਮੂਵੀ ਬਹੁਤ ਵਧੀਆ ਲੱਗੀ। ਦੇਖੋ, ਇਨਸਾਨ ਦੀ ਜਿਹੜੀ ਮਜਬੂਰੀ ਹੁੰਦੀ ਹੈ ਉਹ ਕਈ ਵਾਰ ਇਨਸਾਨ ਤੋਂ ਗਲਤ ਕੰਮ ਕਰਾ ਦਿੰਦੀ ਹੈ, ਪਰ ਐਂਡ ਤੇ ਜਾ ਕੇ ਇੰਨਾ ਵਧੀਆ ਰਿਜ਼ਲਟ ਨਿਕਲਿਆ ਵੀ ਗਲਤ ਕੰਮ ਕਰਨ ਦੇ ਬਾਵਜੂਦ ਵੀ ਉਹਨੇ ਆਪਣੇ ਅਖੀਰ ਆਪਣਾ ਸੁਧਾਰ ਲਿਆ। ਇਹਦੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਮੂਵੀ ਜ਼ਰੂਰ ਪਰਿਵਾਰਾਂ ਸਮੇਤ ਆ ਕੇ ਦੇਖਣ। ਜਿਹੜੀਆਂ ਬੰਦਾ ਇਨਸਾਨ ਸਾਰੀ ਜ਼ਿੰਦਗੀ 'ਚ ਗਲਤੀਆਂ ਕਰਦਾ, ਕਈ ਵਾਰ ਉਹਨੂੰ ਅਖੀਰ 'ਤੇ ਆ ਕੇ ਸੁਧਰਨਾ ਪੈਂਦਾ, ਸੁਧਰ ਜਾਂਦਾ। ਪਰ ਰਣਬੀਰ ਰਾਣਾ ਦਾ ਵੀ ਰੋਲ ਬਹੁਤ ਵਧੀਆ, ਉਹਨੇ ਵੀ ਆਪਣੀ ਬੇਟੀ ਦੀ ਕਿਸਮਤ ਅਜਮਾਈ ਹੈ ਅਤੇ ਮੇਰੇ ਬੇਟੀ ਆਉਣ ਤੋਂ ਬਾਅਦ 'ਚ ਉਹਦੀ ਕਿਸਮਤ ਬਦਲੀ ਹੈ, ਮਤਲਬ ਸਾਰਾ ਕੁਛ ਨਾ, ਬਹੁਤ ਵਧੀਆ ਲੱਗਦਾ ਸਾਰਾ ਇਹ। ਬਸ ਬਹੁਤ ਵਧੀਆ ਲੱਗਿਆ ਸਾਨੂੰ, ਤਾਂ ਮੈਂ ਦੱਸ ਨਹੀਂ ਸਕਦੇ ਕੁਛ, ਇੰਨੀ ਵਧੀਆ ਲੱਗੀ ਫਿਲਮ ਬਹੁਤ ਜ਼ਿਆਦਾ। ਹਾਂ, ਜ਼ਿਆਦਾ ਤਾਂ ਗਿੱਪੀ ਗਰੇਵਾਲ ਦਾ ਰੋਲ ਬਹੁਤ ਵਧੀਆ ਸੀਗਾ, ਬਹੁਤ ਸੋਹਣਾ ਸੀਗਾ, ਸਾਰਾ ਪ੍ਰੋਗਰਾਮ ਬਹੁਤ ਵਧੀਆ ਸੀ। ਬਹੁਤ ਅੱਛੀ ਮੂਵੀ ਜੀ, ਗਿੱਪੀ ਗਰੇਵਾਲ ਆਲਵੇਜ਼ ਬੈਸਟ, ਬੈਸਟ ਟੀਮ ਐਕਸਪੀਰੀਅੰਸ ਉਹਨਾਂ ਦਾ ਬਹੁਤ ਵਧੀਆ, ਸਾਰੇ ਐਕਟਰਸ ਨੇ ਵਧੀਆ ਐਕਟ ਕੀਤਾ, ਐਂਡ ਬੈਸਟ ਪਾਰਟ ਸੀ ਅਸੀਂ ਗਿੱਪੀ ਗਰੇਵਾਲ ਹੋਰਾਂ ਨਾਲ ਬੈਠ ਕੇ ਇਕੱਠਿਆਂ ਨੇ ਮੂਵੀ ਵੇਖੀ, ਬਹੁਤ ਵਧੀਆ ਮੂਵੀ, ਸਭ ਨੂੰ ਵੇਖਣੀ ਚਾਹੀਦੀ। ਯਾਰ, ਨਿੱਕੀ ਨਿੱਕੀ ਗੱਲ ਤੇ ਨਾਰਾਜ਼ ਹੁੰਦੀ ਰਹਿਣੀ ਹੈ, ਤੇਰੇ ਡੈਡੀ ਨੂੰ ਮਿਲਣ ਤੋਂ ਪਹਿਲਾਂ ਥੋੜਾ ਸੈੱਟ ਤਾਂ ਹੋ ਜਾ। ਤੁਹਾਡੇ ਪਿੰਡ ਵਾਲੇ ਬੈਂਕ ਦਾ ਮੈਨੇਜਰ ਨਹੀਂ, ਉਹਦਾ ਰਿਸ਼ਤਾ ਆਇਆ ਮੇਰੇ ਲਈ, ਡੈਡੀ ਨੂੰ ਵੀ ਪਸੰਦ ਹੈ, ਤੂੰ ਉਸ ਵੇਲੇ ਬੱਲੀ ਨਾਲ ਧੱਕੇ ਖਾਈ। ਬਹੁਤ ਅੱਛਾ, ਕਿੰਨੀਆਂ ਰੇਟਿੰਗਸ ਦੇਣਾ ਚਾਹੋਗੇ ਆਊਟ ਆਫ 5? 5। ਬਹੁਤ ਸੋਹਣੀ, ਬਹੁਤ ਸੋਹਣੀ, ਬਹਿ ਵਜਾ ਹੋ ਗਈ। ਮਿਊਜ਼ਿਕ ਕਿਵੇਂ ਦਾ ਲੱਗਿਆ? ਮਿਊਜ਼ਿਕ ਬੰਮ ਸੀ, ਬਹੁਤ ਗੀਤ, ਬੇਲ ਬੂਟੀਆਂ ਵਾਲਾ ਸੌਂਗ ਬਹੁਤ ਸੋਹਣਾ ਸੀ, ਬਹੁਤ ਵਧੀਆ, ਫਸਟ ਕਲਾਸ ਐਕਟ, ਬਹੁਤ ਵਧੀਆ ਸੀ। ਹਾਂਜੀ, ਐਕਸ਼ਨ ਮੂਵੀ ਪਹਿਲੀ ਵਾਰ ਦੇਖੀ ਪੰਜਾਬੀ, ਬਹੁਤ ਹਿੱਟ ਮੂਵੀ ਜਾਏਗੀ। ਗਾਣੇ ਬਹੁਤ ਵਧੀਆ ਸੀਗੇ, ਹੋਰ ਸਾਰੇ ਪ੍ਰੋਗਰਾਮ, ਸਾਰੇ ਕਲਾਕਾਰ ਅੱਛਾ, ਵਧੀਆ ਕਲਾਕਾਰ ਵਧੀਆ, ਸਾਰੇ ਠੀਕ, ਸਾਰੇ ਠੀਕ ਤੱਕ ਕਰ ਰਹੇ। ਬਹੁਤ ਵਧੀਆ ਮੂਵੀ ਸੀ, 5 ਸਟਾਰ। ਵਧੀਆ ਜੀ, ਬਹੁਤ ਵਧੀਆ। ਮਿਊਜ਼ਿਕ ਕਿਵੇਂ ਦਾ ਲੱਗਿਆ? ਬਹੁਤ ਅੱਛਾ। ਕਿੰਨੀਆਂ ਰੇਟਿੰਗਸ ਦੇਣਾ ਚਾਹੋਗੇ ਮੈਮ ਆਊਟ ਆਫ 5? 5 to 5। ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ? ਗਿੱਪੀ ਕਿਵੇਂ ਦੀ ਲੱਗੀ? ਬਹੁਤ ਵਧੀਆ ਸੀ, ਗਿੱਪੀ ਦਾ ਰੋਲ ਬਹੁਤ ਵਧੀਆ ਲੱਗਿਆ, ਰਾਣਾ ਰਣਵੀਰ ਨੇ ਐਕਟਿੰਗ ਬੜੀ ਗੁੱਡ ਕੀਤੀ ਹੋਈ ਆ, ਮਤਲਬ ਪੂਰੀ ਸਟੋਰੀ ਲਾਈਨ ਵਧੀਆ ਸੀ, ਨਾਈਸ, ਇਟਸ ਕੁਆਈਟ ਡਿਫਰੈਂਟ। ਪਰ ਇਹ ਵੀ ਗੱਲ ਪੱਕੀ ਹੈ, ਜੇ ਜੱਟ ਦੀ ਮਸ਼ੂਕ ਜੱਟ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਾਊਗੀ ਨਾ, ਵਾਪਸ ਇਸ ਜੱਟ ਕੋਲ ਹੀ ਆਊਗੀ। ਇਹਦਾ ਲੋਨ ਨਾਲ ਕੀ ਲੈਣਾ ਦੇਣਾ? ਜ਼ਰੀਨ ਤੇ ਗਿੱਪੀ ਦੀ ਜੋੜੀ ਕਾਫੀ ਦੇਰ ਬਾਅਦ ਸਕਰੀਨ ਤੇ ਦੇਖਣ ਨੂੰ ਮਿਲੀ ਹੈ, ਕਿਵੇਂ ਦਾ ਲੱਗਿਆ? ਵਧੀਆ ਮੂਵੀ ਬਣਾਈ ਹੈ ਜੀ, ਪਿਕਚਰਾਈਜੇਸ਼ਨ ਬਹੁਤ ਸੋਹਣੀ ਕੀਤੀ ਆ, ਕਾਮੇਡੀ ਵੀ ਔਨ ਦਾ ਸਪੋਟ ਸੀ, ਰੀਅਲੀ ਆਊਟ ਆਫ 5, 4.5। ਕਿੰਨੀਆਂ ਰੇਟਿੰਗਸ ਦੇਣਾ ਚਾਹੋਗੇ? ਆਈ ਥਿੰਕ 5 out of 5, ਬਿਕੋਜ਼ ਬਹੁਤ ਵਧੀਆ ਮੂਵੀ ਹੈ, ਇਟ ਹੈਜ਼ ਐਵਰੀਥਿੰਗ, ਫਨ, ਡਰਾਮਾ, ਇਮੋਸ਼ਨਸ, ਹੈ ਨਾ, ਰੋਮਾਂਸ ਵੀ ਹੈ, ਐਕਸ਼ਨ ਵੀ ਹੈ, ਸੋ ਸਸਪੈਂਸ ਵੀ ਆ, ਸੋ ਇਟਸ ਅ ਵੈਰੀ ਗੁੱਡ ਮੂਵੀ, ਮਸਟ ਵਾਚ। ਕਿਵੇਂ ਦੀ ਲੱਗੀ ਮੂਵੀ ਸਰ? ਬਹੁਤ ਅੱਛੀ ਹੈ, ਗਿੱਪੀ ਦੀ ਟੀਮ ਨੇ ਬਹੁਤ ਚੰਗੀ ਮਿਹਨਤ ਕੀਤੀ ਹੈ, ਔਰ ਇਸ ਵਾਰ ਪ੍ਰੂਵ ਕਰਤਾ ਵੀ ਘੱਟ ਆਰਟਿਸਟ ਲੈ ਕੇ ਵੀ ਬਹੁਤ ਚੰਗੀ ਮੂਵੀ ਬਣ ਸਕਦੀ ਹੈ, ਬਹੁਤ ਅੱਛੀ ਬਣਾਈ ਹੈ, ਵੈਲ ਮੇਡ। ਸਰ, ਇੱਕ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਸੀਗਾ ਮੂਵੀ ਦਾ, ਤੁਹਾਨੂੰ ਕਿਵੇਂ ਦੀ ਲੱਗੀ ਉਹਦੀ ਸਟੋਰੀ ਲਾਈਨ? ਵਧੀਆ, ਇੱਕ ਸਖਤ ਕਰਨ ਵਾਲੀ, ਬੜੀ ਵਧੀਆ ਮੂਵੀ ਬਣਾਈ ਹੈ ਜੀ।
ਗਿੱਪੀ ਸਾਹਿਬ ਨੇ ਜੀ ਤੁਸੀਂ ਪੰਜ ਰੇਟਿੰਗ ਦੇਣਾ ਚਾਹੋਗੇ ਕਿੰਨੀਆਂ ਦਿਓਗੇ ਬਹੁਤ ਜਿੰਨੀਆਂ ਕਹਾਂ ਜੀ ਬਹੁਤ ਵਧੀਆ ਮੂਵੀ ਗਿੱਪੀ ਬਾਈ ਹੋਰਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਰਾਣਾ ਰਣਬੀਰ ਦੀ ਐਕਟਿੰਗ ਕਿਵੇਂ ਲੱਗੀ ਇਟ ਵਾਸ ਨਾਈਸ ਇਟ ਵਾਸ ਨਾਈਸ ਬਹੁਤ ਵਧੀਆ ਪੰਜ ਚੋਂ ਪੰਜ ਕਿਵੇਂ ਦੀ ਲੱਗੀ ਮੂਵੀ ਮੈਮ ਬਹੁਤ ਵਧੀਆ ਸੌਰੀ ਕਿਵੇਂ ਦੀ ਲੱਗੀ ਮੂਵੀ ਵੈਰੀ ਨਾਈਸ ਕਿਵੇਂ ਦੀ ਲੱਗੀ ਮੂਵੀ ਸਰ ਸੋਹਣੀ ਸੀ ਜੀ ਵਧੀਆ ਲੱਗੀ ਗੁੱਡ ਐਂਟਰਟੇਨਮੈਂਟ ਕਿੰਨੇ ਰੇਟਿੰਗ ਦੇਣਾ ਚਾਹੋਗੇ ਆਊਟ ਆਫ 10 ਆਊਟ ਆਫ 10 ਪੰਜਾਬ ਦਾ ਅਸਲੀ ਸੱਚ ਦਿਖਾਇਆ ਜੋ ਗਰੀਬ ਜੱਟ ਹੈਗਾ ਹੈ ਤੇ ਉਹ ਪੈਸੇ ਵਿੱਚ ਕੀ ਕੁਝ ਕਰ ਸਕਦਾ ਸਾਰਾ ਕੁਝ ਮੂਵੀ ਦਿਖਾਇਆ ਆ ਕਿਵੇਂ ਦੀ ਲੱਗੀ ਮੂਵੀ ਬਹੁਤ ਜ਼ਿਆਦਾ ਸੋਹਣੀ ਲੱਗੀ ਗਿੱਪੀ ਗਰੇਵਾਲ ਜੀ ਤੇ ਜ਼ਰੀਨ ਦੀ ਜੋੜੀ ਬਹੁਤ ਦੇਰ ਬਾਅਦ ਆਈ ਹੈ ਸਿਨੇਮਾ ਤੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਕਿਵੇਂ ਦੀ ਲੱਗੀ ਮੂਵੀ ਮੈਮ ਕਾਫੀ ਵਧੀਆ ਸੀ ਇਟਸ ਨਾਈਸ ਬਹੁਤ ਹੀ ਕਮਾਲ ਬਹੁਤ ਕਮਾਲ ਸਸਪੈਂਸ ਬਹੁਤ ਸੀਗਾ ਪਲੋਟ ਬਹੁਤ ਵਧੀਆ ਕੱਟਿਆ ਹੋਇਆ ਸੀਗਾ ਮਿਊਜ਼ਿਕ ਆਬਵੀਅਸਲੀ ਵਧੀਆ ਸੀ ਸੋ ਗਿੱਪੀ ਬਾਈ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਸਸਪੈਂਸ ਕਈ ਥਾਵਾਂ ਤੋਂ ਤਾਂ ਐਸਾ ਲੱਗਦਾ ਹੀ ਨਹੀਂ ਸੀ ਕਿ ਅੱਛਾ ਇੱਦਾਂ ਵੀ ਹੋਊਗਾ ਉਹ ਮਤਲਬ ਐਨ ਐਂਡ ਤੱਕ ਬਣਿਆ ਰਹਿੰਦਾ ਸੀਗਾ ਜੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਮਿਊਜ਼ਿਕ ਬਹੁਤ ਵਧੀਆ ਕਮਾਲ ਪੁਰਾਣੇ ਗਾਣੇ ਨੂੰ ਜਿਵੇਂ ਇੱਕ ਨਵਾਂ ਵਰਜ਼ਨ ਦੇ ਕੇ ਦਿਖਾਇਆ ਗਿਆ ਸਾਨੂੰ ਮੇਰੇ ਬਾਈ ਉਹਨਾਂ ਨਾਲ ਗੱਲ ਵੀ ਅੱਜ ਹੋ ਰਹੀ ਸੀ ਰੇਡੀਓ ਤੇ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਅਸੀਂ ਤੁੰਬੀ ਦਾ ਪੀਸ ਵੀ ਉਹ ਵੀ ਪੁਰਾਣੇ ਗਾਣੇ ਦਾ ਰੱਖਿਆ ਹੋਇਆ ਸੀਗਾ ਜਿਹੜਾ ਉਹਨਾਂ ਦਾ ਰੱਖਿਆ ਹੋਇਆ ਸੀਗਾ ਸੋ ਬਹੁਤ ਕਮਾਲ ਸੀ ਦੁਬਾਰਾ ਫਿਰ ਫਰੈਸ਼ ਹੋ ਗਿਆ ਬਾਲੀ ਬਾਲੀ ਕਿਸਮਤ ਆਪਣੀ ਹੁਣ ਕੀ ਕਰਾਂਗੇ ਛਿੰਦੇ ਡਾਕਾ ਮਾਰਾਂਗੇ ਬਹੁਤ ਅੱਛੀ ਲੱਗੀ ਵੈਰੀ ਨਾਈਸ ਗੁੱਡ ਸਸਪੈਂਸ ਕਾਮੇਡੀ ਵੀ ਅੱਛੀ ਸੀ ਮਜ਼ਾ ਆ ਗਿਆ ਮੂਵੀ ਬਹੁਤ ਵਧੀਆ ਸੀਗੀ ਜੀ ਮੂਵੀ ਦਾ ਮੈਸੇਜ ਸੀਗਾ ਕਿ ਮਜਬੂਰੀ ਇਨਸਾਨ ਨੂੰ ਕੀ ਕਰਾਉਂਦੀ ਹੈ ਬਹੁਤ ਵਧੀਆ ਮੂਵੀ ਸੀਗੀ ਜੀ ਸੋ ਮਸਟ ਵਾਚ ਯਾ ਮੈਨੂੰ ਮੂਵੀ ਚੰਗੀ ਲੱਗੀ ਆ ਉਹ ਜਿੱਦਾਂ ਉਹ ਸਟਕ ਬੋ ਸੀ ਜਿੱਦਾਂ ਕਦੀ ਉਹਨਾਂ ਨੂੰ ਜਦੋਂ ਪੈਸੇ ਮਿਲ ਜਾਂਦੇ ਆ ਕਦੀ ਉਹਨਾਂ ਨੂੰ ਵੇਸਟ ਕਰਨੇ ਪੈਂਦੇ ਆ ਐਂਡ ਮੈਨੂੰ ਚੰਗੀ ਲੱਗੀ ਆ ਆਈ ਰੀਲੀ ਲਾਈਕ ਫਾਈਟਿੰਗ ਮੂਵੀਜ਼ ਐਂਡ ਮੈਨੂੰ ਗੁੱਡ ਲੱਗਿਆ ਫਰੋਮ 1 ਟੂ 10 ਮੈਂ 10 ਰੇਟ ਕਰਦਾ ਬਹੁਤ ਵਧੀਆ ਪਹਿਲਾਂ ਤਾਂ ਮੈਂ ਅਕਸਰ ਜਦੋਂ ਵੀ ਗਿੱਪੀ ਹੋਣਾਂ ਦੇ ਨਾਲ ਉਹਨਾਂ ਦੇ ਕਿਸੇ ਵੀ ਪ੍ਰੋਜੈਕਟ ਦੇ ਬਾਰੇ ਗੱਲ ਹੁੰਦੀ ਹੈ ਤਾਂ ਮੈਂ ਇਸ ਗੱਲ ਦੇ ਲਈ ਉਹਨਾਂ ਨੂੰ ਹਮੇਸ਼ਾ ਸਿਫਤ ਕਰਦਾ ਕਿ ਉਹ ਪੂਰੀ ਆਪਣੀ ਮਿਹਨਤ ਪੂਰੀ ਕਰਦੇ ਆ ਚਾਹੇ ਅਰਦਾਸ ਕਰਾਂ ਦੀ ਆਪਾਂ ਗੱਲ ਕਰ ਲਈਏ ਜਾਂ ਜਿਹੜੀ ਕਿ ਇੱਕਦਮ ਅਲੱਗ ਜਾਨਰ ਦੀ ਫਿਲਮ ਸੀ ਇਹਨੂੰ ਬਿਲਕੁਲ ਯੂ ਟਰਨ 180 ਡਿਗਰੀ ਦੇ ਉੱਤੇ ਆ ਗਏ ਆਪਾਂ ਉਸ ਤੋਂ ਫਿਲਮ ਤੋਂ ਔਰ ਪੂਰਾ ਕਮਰਸ਼ੀਅਲ ਢੰਗ ਦੇ ਨਾਲ ਜਿੰਨਾ ਵਧੀਆ ਢੰਗ ਨਾਲ ਐਗਜ਼ੀਕਿਊਟ ਕੀਤਾ ਗਿਆ ਅਤੇ ਖਾਸ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿੱਥੇ ਨੋਟ ਓਨਲੀ ਗਿੱਪੀ ਭਾਅ ਜੀ ਹੋਣੀ ਬਲਕਿ ਪੂਰੀ ਦੀ ਪੂਰੀ ਟੀਮ ਦੀ ਜੇ ਗੱਲ ਕਰੀਏ ਬਲਜੀਤ ਸਿੰਘ ਦਿਓ ਭਾਅ ਜੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਜਦੋਂ ਤੋਂ ਵੀ ਉਹਨਾਂ ਨੇ ਇਸ ਫੀਲਡ ਦੇ ਵਿੱਚ ਕੋਈ ਵੀ ਆਪਣੀ ਫਿਲਮ ਲੈ ਕੇ ਆਏ ਨੇ ਜਾਂ ਗੀਤ ਲੈ ਕੇ ਆਏ ਨੇ ਤਾਂ ਇੱਥੇ ਉਹਨਾਂ ਦਾ ਕਮਾਲ ਵਾਕਈ ਦੇਖਣ ਨੂੰ ਮਿਲਦਾ ਸੋ ਆਈ ਵਿਸ਼ ਹਿਮ ਬੈਸਟ ਫੋਰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ ਵੀ ਅਤੇ ਡਾਕਾ ਫਿਲਮ ਵਾਕਈ ਪੂਰੀ 100% ਕਮਰਸ਼ੀਅਲ ਫਿਲਮ ਅਤੇ ਤੁਸੀਂ ਇੰਜੋਏ ਕਰੋਗੇ ਐਂਟਰਟੇਨ ਹੋਵੋਗੇ ਜਿੱਥੇ ਸਸਪੈਂਸ ਵੀ ਹੈ ਨਾਲ ਦੀ ਨਾਲ ਜਿਹੜਾ ਗੀਤਾਂ ਦਾ ਤੜਕਾ ਲੱਗਿਆ ਹੋਇਆ ਉਹ ਵੀ ਪਰਫੈਕਟ ਹੈ ਸੋ ਇੱਦਾਂ ਕਿਤੇ ਨਹੀਂ ਲੱਗਦਾ ਕਿ ਧੱਕੇ ਦੇ ਨਾਲ ਕੋਈ ਗੀਤ ਵਿੱਚ ਫਿੱਟ ਕਰ ਦਿੱਤਾ ਕਿ ਉਹ ਸਮੇਂ ਦੇ ਮੁਤਾਬਕ ਟਾਈਮ ਦੇ ਨਾਲ ਨਾਲ ਫਿਲਮ ਦੀ ਸਪੀਡ ਨੂੰ ਅੱਗੇ ਤੋਰਨ ਦੇ ਲਈ ਹਰ ਚੀਜ਼ ਪ੍ਰੋਪਰਲੀ ਫਿੱਟ ਕੀਤੀ ਗਈ ਸੋ ਆਈ ਥਿੰਕ ਕਿ ਲੋਕਾਂ ਨੂੰ ਪਸੰਦ ਆਏਗੀ ਇਹ ਫਿਲਮ ਬਹੁਤ ਮਿਹਰਬਾਨੀ ਥੈਂਕ ਯੂ ਸਭ ਤੋਂ ਜ਼ਰੂਰੀ ਗੱਲ ਤੂੰ ਜਨਾਨੀ ਬਣ ਕੇ ਜਾਏਗਾ ਇੱਕ ਨਾ ਪੰਡਿਤ ਨੇ ਦੱਸਿਆ ਵੀ ਤੇਰਾ ਪੁਰਾਣਾ ਸੂਟ ਕਿਸੇ ਗਰੀਬ ਨੂੰ ਦੇਵਾਂਗੇ ਤਾਂ ਆਪਣਾ ਕੰਮ ਵਧੀਆ ਤੁਰ ਪਊਗਾ ਸਾਡੇ ਤੋਂ ਵੀ ਕੋਈ ਗਰੀਬ ਹੈਗਾ ਇੱਕ ਵਾਰੀ ਹੋਰ ਸੋਚਦਾ ਪੈਸਿਆਂ ਲਈ ਡਾਕਾ ਮਾਰਨਾ ਜ਼ਰੂਰੀ ਹੈ ਡਾਕਾ ਪੈਸਿਆਂ ਲਈ ਨਹੀਂ ਲਾਲੀ ਦੇ ਪਿਆਰ ਲਈ ਮਾਰਨਾ ਕਿਵੇਂ ਦੀ ਲੱਗੀ ਮੂਵੀ ਪਹਿਲਾਂ ਤਾਂ ਮੈਂ ਵਧਾਈਆਂ ਦੇਣਾ ਚਾਹੁੰਦੀ ਹਾਂ ਗਿੱਪੀ ਗਰੇਵਾਲ ਰਾਣਾ ਤੇ ਉਹਨਾਂ ਦੀ ਸਾਰੀ ਟੀਮ ਜਿੰਨੀ ਵੀ ਹੰਬਲ ਮੋਸ਼ਨ ਪਿਕਚਰਸ ਹੈ ਦੇ ਡਿਡ ਅ ਫੈਂਟੈਸਟਿਕ ਜੋਬ ਐਂਡ ਐਸ ਕੈਨੇਡੀਅਨਸ ਆਈ ਥਿੰਕ ਦੇ ਆਰ ਮੇਕਿੰਗ ਆਲ ਆਫ ਕੈਨੇਡਾ ਵੈਰੀ ਪ੍ਰਾਊਡ ਐਂਡ ਵੀ ਵਿਸ਼ ਦੈਮ ਕੰਟੀਨਿਊਡ ਸਕਸੈਸ And what about the music? How did you like it? I think the music was fantastic. Gippy ji jadon vi movie karde ne mera khayal ki inna de sare movieyan de vich music bahut vadhiya hunda and punjabiyan nu bahut shauk hai ki acha music hona chahida movieyan de vich and Gippy's movies never ever disappoint. So congratulations to Gippy Gurwal, the entire team at Humble and Panna ji as well. We wish you continued success. Thank you. Chemistry bahut vadhiya hai ਅਤੇ ਹਰ ਤਰੀਕੇ ਦਾ ਐਂਟਰਟੇਨਮੈਂਟ ਹੈ ਮੂਵੀ ਦੇ ਵਿੱਚ ਥੋੜ੍ਹੀ ਜਿਹੀ ਇਮੋਸ਼ਨਲ ਵੀ ਹੋ ਜਾਂਦੇ ਹਾਂ ਵਿੱਚ ਕਿਉਂਕਿ ਬੇਟੀ ਦੇ ਬਾਪ ਦਾ ਪਿਆਰ ਦਿਖਾਇਆ ਗਿਆ ਨਾਲ ਦੀ ਨਾਲ ਔਰ ਬੋਰਿੰਗ ਕਿਤੇ ਨਹੀਂ ਹੈ ਮੂਵੀ ਬੜੀ ਐਂਟਰਟੇਨਿੰਗ ਹੈ ਥ੍ਰਿਲਰ ਹੈ ਕਾਮੇਡੀ ਬਹੁਤ ਜ਼ਿਆਦਾ ਹੈ ਪੋਸਟਰ ਨੂੰ ਦੇਖ ਕੇ ਲੱਗਦਾ ਨਹੀਂ ਡਾਕੇ ਦਾ ਨਾਮ ਇੱਦਾਂ ਦਾ ਬੜੀ ਮਾਰ ਘਾਟ ਹੋਊਗੀ ਬਟ ਕਾਮੇਡੀ ਵੀ ਹੈ ਵਿੱਚ ਅਤੇ ਬਹੁਤ ਵਧੀਆ ਮੈਸੇਜ ਹੈ ਗਿੱਪੀ ਬਾਈ ਉਹਨਾਂ ਨੇ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਾਮਯਾਬ ਵੀ ਹੋਏ ਨੇ ਉਸ ਚੀਜ਼ ਦੇ ਵਿੱਚ ਰਾਣਾ ਭਾਅ ਜੀ ਦੀ ਔਰ ਗਿੱਪੀ ਬਾਈ ਦੀ ਕੈਮਿਸਟਰੀ ਬੜੀ ਚੰਗੀ ਹੈ ਇੱਕ ਦੋਸਤੀ ਦਾ ਵੀ ਜਿਹੜਾ ਵੀ ਤੁਹਾਨੂੰ ਫੇਸ ਦੇਖਣ ਨੂੰ ਮਿਲਦਾ ਥੰਮਸ ਅਪ ਨੇ ਬਹੁਤ ਵਧੀਆ ਮੂਵੀਆਂ ਮੈਨੂੰ ਲੱਗਦਾ ਇੱਦਾਂ ਦੀਆਂ ਮੂਵੀਆਂ ਇੰਡਸਟਰੀ ਨੂੰ ਹੋਰ ਲੋੜ ਹੈ ਇਸ ਤਰ੍ਹਾਂ ਦੀਆਂ ਮੂਵੀਜ਼ ਕ੍ਰੀਏਟ ਕਰਨ ਦੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਮੂਵੀ ਹੈ ਥੰਮਸ ਅਪ ਟੂ ਗਿੱਪੀ ਬਾਈ ਥੈਂਕ ਯੂ
ਸਤਿ ਸ਼੍ਰੀ ਅਕਾਲ ਸਰ, ਸਾਡੇ ਨਾਲ ਗੀਤਾ ਜਲਦਾਰ ਜੀ ਨੇ ਆਏ ਹੋਏ ਇੱਥੇ। ਸਰ, ਤੁਹਾਨੂੰ ਕਿਵੇਂ ਦੀ ਲੱਗੀ ਗਿੱਪੀ ਬਾਈ ਜੀ? ਬਹੁਤ ਅੱਛੀ ਹੈ ਜੀ। ਸਭ ਤੋਂ ਵੱਡੀ ਗੱਲ ਕਿ ਮੇਰਾ ਇੰਡਸਟਰੀ ਦਾ ਸਭ ਤੋਂ ਪਹਿਲਾਂ ਬਹੁਤ ਕਲੋਜ਼ ਯਾਰ ਹੈ ਗਿੱਪੀ ਗਰੇਵਾਲਾ ਸੀ। ਪਹਿਲਾਂ ਜਦੋਂ ਮੈਂ ਆਪਣਾ ਟਾਈਮ ਸ਼ੁਰੂ ਕੀਤਾ ਸੀ ਇਕੱਠੇ ਦੋਸਤ ਬਣੇ ਸੀ। ਸੋ ਬਹੁਤ ਅੱਛੀ ਫਿਲਮ ਹੈ, ਅੱਜ ਤੱਕ ਗਿੱਪੀ ਨੇ ਸਾਰੀਆਂ ਫਿਲਮਾਂ ਵਧੀਆ ਕੀਤੀਆਂ। ਸੋ ਇਹ ਫਿਲਮ ਨੂੰ ਬਹੁਤ ਤਰੀਕੇ ਨਾਲ ਸਟੋਰੀ ਵਾਈਜ਼ ਕਾਮੇਡੀ ਐਂਡ ਸਾਰੀਆਂ ਚੀਜ਼ਾਂ ਉਹਨਾਂ ਨੇ ਪ੍ਰੋਪਰ ਰੱਖੀਆਂ ਜਿਹੜੀਆਂ ਕਿ ਪੰਜਾਬੀ ਇੰਡਸਟਰੀ ਨੂੰ ਲੋੜ ਹੈ ਇੱਦਾਂ ਦੀਆਂ ਫਿਲਮਾਂ ਦੀ। ਸੋ ਆਮ ਹੈਪੀ ਕਿ ਮੇਰੇ ਭਰਾ ਦੀ ਮੂਵੀ ਬਹੁਤ ਸੋਹਣੀ ਹੈ। ਸਰ, ਉਹਨਾਂ ਨੇ ਆਪਣੇ ਇੱਕ ਬਹੁਤ ਹੀ ਹਿੱਟ ਅਤੇ ਪੁਰਾਣੇ ਗਾਣੇ ਭਾਵੇਂ ਫੁਲਕਾਰੀ ਅਤੇ ਵੇਲ ਬੂਟੀਆਂ ਮਿੱਤਰਾਂ ਦੇ ਬਾਰੇ ਚਾਹਦੇ ਹਿੱਟ ਹੀ ਉੱਥੋਂ ਹੋਏ ਸੀ। ਸੋ ਇੱਕ ਬਿਲਕੁਲ ਨਵਾਂ ਤੜਕਾ ਲਗਾ ਕੇ ਵਰਜ਼ਨ ਉਹਨਾਂ ਨੇ ਕੱਢਿਆ, ਤੁਹਾਨੂੰ ਕਿਵੇਂ ਲੱਗਾ? ਅੰਦਰ ਗੱਲ ਕਰਦੇ ਸੀ, ਮੈਂ ਪੁੱਛਿਆ ਵੀ ਮੈਂ ਕਿਹਾ ਮਿਊਜ਼ਿਕ ਕਿਹਨੇ ਕੀਤਾ, ਅਤੇ ਉਹਦਾ ਫਰਕ ਨਹੀਂ ਲੱਗਾ ਕਿ ਪਹਿਲੇ ਵਾਲਾ ਗਾਣਾ ਜ਼ਿਆਦਾ ਵਧੀਆ ਸੀ ਕਿ ਹੁਣ ਵਾਲਾ। ਸੋ ਜਿਹੜਾ ਨਵਾਂ ਵਰਜ਼ਨ ਬਣਾਇਆ ਸ਼ਾਹ ਜੀ ਨੇ ਅਤੇ ਦੂਜੇ ਮੈਨੂੰ ਨਾਮ ਨਹੀਂ ਕਿਹਨਾਂ ਨੇ ਬਣਾਇਆ, ਦੋਨੋਂ ਵਰਜ਼ਨ ਬਹੁਤ ਅੱਛੇ ਨੇ ਜਿਹੜੇ ਹੁਣ ਬਣੇ ਨੇ। ਸਾਡੇ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੂਵੀ ਬਾਰੇ? ਫਿਲਮ ਜ਼ਰੂਰ ਦੇਖਣ ਜਾਓ, ਫਰਾਈਡੇ ਵੀਰਵਾਰ ਨੂੰ ਲੱਗ ਰਹੀ ਹੈ ਸਾਰੇ ਵਰਲਡ ਵਾਈਡ। ਸੋ ਸਾਰੇ ਜਣੇ ਜ਼ਰੂਰ ਪਹੁੰਚਿਓ, ਮੇਰੇ ਭਰਾ ਦੀ ਛੋਟੇ ਦੀ ਫਿਲਮ ਹੈ, ਸਾਰਿਆਂ ਨੂੰ ਹਮਾਂ ਕੇ ਪਹੁੰਚਣਾ। ਪੈਸੇ ਬਹੁਤ ਲੱਗੇ ਫਿਲਮ 'ਤੇ, ਸਭ ਤੋਂ ਵੱਡੀ ਗੱਲ ਪੂਰੇ ਕਰਨੇ ਆਪਾਂ ਹਰ ਹਾਲਤ 'ਚ। ਪੁਸ਼ਪਾ ਕੋਲ, ਪੁਸ਼ਪਾ ਕੌਣ ਹੈ? ਕੌਣ ਹੈ ਪੁਸ਼ਪਾ? ਮੈਂ ਕਹਿ ਰਿਹਾ ਹੂ ਇਜ਼ ਪੁਸ਼ਪਾ? ਸਰ ਆਈ ਆਉਣ ਦੀ ਲੋੜ ਨਹੀਂ ਪੁਸ਼ਪਾ, ਕੈਸ ਕੱਢ। ਛਿੰਦਕ ਕੀ ਸੋਚਿਆ ਸੀ ਯਾਰ, ਕੀ ਹੋ ਗਿਆ? ਜੋ ਸੋਚਿਆ ਸੀ ਉਹੀ ਹੋਇਆ ਬੱਲੀ। ਹੁਣ ਇਹ ਸੁੱਖ ਚੈਨ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਚੈਨ ਲੈ ਕੇ ਆਊਗਾ। ਸਰ, ਕਿਵੇਂ ਦੀ ਲੱਗੀ ਮੂਵੀ? ਆਡੀਅੰਸ ਦਾ ਬਹੁਤ ਭਰਪੂਰ ਸੋਹਣਾ ਰਿਸਪੌਂਸ ਮਿਲ ਰਿਹਾ ਸਾਨੂੰ। ਮੈਨੂੰ ਤਾਂ ਵਧੀਆ ਲੱਗਣੀ ਸੀ, ਮੈਂ ਬਹੁਤ ਮਿਹਨਤ ਕੀਤੀ ਹੈ ਮੂਵੀ ਦੇ ਉੱਤੇ ਔਰ ਬੜਾ ਟਾਈਮ ਲਾਇਆ, ਬੜਾ ਟਾਈਮ ਸਪੈਂਡ ਕੀਤਾ ਵਾ ਐਂਡ ਬਟ ਕੰਪਲੀਟ ਫਿਲਮ ਮੈਂ ਵੀ ਅੱਜ ਦੇਖੀ ਐਂਡ ਆਮ ਸੋ ਹੈਪੀ ਕਿ ਸਾਰਿਆਂ ਨੂੰ ਅੱਛੀ ਲੱਗੀ ਔਰ ਲੋਕ ਹੱਸ ਰਹੇ ਸੀ, ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀ, ਕਲੈਪਿੰਗਾਂ ਕਰ ਰਹੇ ਸੀ। ਸੋ ਜਦੋਂ ਸਾਰਿਆਂ ਦੀ ਐਕਸਾਈਟਮੈਂਟ ਦੇਖਦੇ ਆ ਤਾਂ ਤੁਹਾਨੂੰ ਇੱਦਾਂ ਲੱਗਦਾ ਕਿ ਤੁਹਾਡੀ ਮਿਹਨਤ ਸਫਲ ਹੋ ਗਈ ਆ। ਸੋ ਆਮ ਸੋ ਹੈਪੀ ਕਿ ਸਾਰੇ ਐਕਸਾਈਟਡ ਨੇ, ਮੇਰੀ ਲਾਈਨ 'ਚ ਜਿੰਨੇ ਬੈਠੇ ਸੀਗੇ ਬਹੁਤ ਖੁਸ਼ ਸੀਗੇ ਐਂਡ ਹੈਪੀ ਸੀਗੇ ਐਂਡ ਮੈਨੂੰ ਲੱਗਦਾ ਕਿ ਬਾਬੇ ਨੇ ਸੁਣ ਲਈ ਸਾਡੀ। ਸਰ, ਜਿਵੇਂ ਬਹੁਤ ਸਾਰੇ ਫੇਸਿਸ ਤੁਸੀਂ ਆਪਣੀ ਮੂਵੀ 'ਚ ਦਿਖਾਇਆ, ਦੋਸਤੀ ਦਾ, ਇੱਕ ਮਾਂ ਅਤੇ ਮਤਲਬ ਪਿਓ ਅਤੇ ਧੀ ਦਾ, ਅਤੇ ਇੱਕ ਪੁਲਿਸ ਅਤੇ ਇੱਕ ਚੋਰ ਦਾ, ਮਤਲਬ ਇਹ ਤੁਹਾਨੂੰ ਇੰਨਾ ਵਧੀਆ ਕੋਨਸੈਪਟ ਤੁਸੀਂ ਸਟੋਰੀ ਲਾਈਨ ਕ੍ਰੀਏਟ ਕੀਤੀ ਆ? ਐਕਚੁਲੀ ਕੀ ਆ, ਦੇਖੋ ਇਹ ਕੰਪਲੀਟ ਫਿਲਮ ਹੈ, ਇਹ ਨੋਰਮਲ ਇੱਕ ਇੱਦਾਂ ਫਿਲਮ ਨਹੀਂ ਗਈ ਕਿ ਸਿਰਫ ਇਹਦੇ 'ਚ ਕਾਮੇਡੀ ਹੋਆ ਜਾਂ ਇਹੀ ਚੀਜ਼ਾਂ ਨੇ, ਉਹ 'ਚ ਹਰ ਚੀਜ਼ ਹੈ। ਇਹਦੇ 'ਚ ਕਾਮੇਡੀ ਹੈ ਤਾਂ ਕਾਮੇਡੀ ਫੁੱਲ ਆ, ਇਮੋਸ਼ਨ ਹੈ ਤਾਂ ਇਮੋਸ਼ਨ ਹੈ, ਹਰ ਚੀਜ਼ ਹੈ ਔਰ ਅਸੀਂ ਕੋਸ਼ਿਸ਼ ਕੀਤੀ ਸੀ ਕਿ ਹਰ ਰੰਗ ਪਾਇਆ ਜਾਵੇ। ਕੰਪਲੀਟ ਫਿਲਮ ਬੇਸਿਕਲੀ ਇਹੀ ਹੁੰਦੀ ਆ, ਇਮੋਸ਼ਨ, ਲਾਫਟਰ, ਸਾਰੀਆਂ ਚੀਜ਼ਾਂ, ਐਕਸ਼ਨ, ਡਰਾਮਾ, ਰੋਮਾਂਸ, ਸੋ ਸਾਰੀਆਂ ਪਈਆਂ ਨੇ ਔਰ ਕੋਨਸੈਪਟ ਲੱਭਣ ਲਈ ਵਕਤ ਬਹੁਤ ਲੱਗਿਆ ਜੀ। ਸੋ 5-6 ਸਾਲ ਲੱਗ ਗਏ ਸਾਨੂੰ, ਪਹਿਲਾਂ ਆਈ ਸੀ ਜੱਟ ਜੇਮਸ ਬੌਂਡ, ਉਦੋਂ ਬਾਅਦ ਦੂਜੀ ਬਣਾਉਣੀ ਸੀ ਅਤੇ ਬਹੁਤ ਵਕਤ ਲੱਗਿਆ। ਮੂਵੀ ਬਹੁਤ ਹੀ ਸੋਹਣੀ ਸੀ, ਬਹੁਤ ਜ਼ਿਆਦਾ ਸੋਹਣਾ ਕਾਨਸੈਪਟ ਸੀ ਐਂਡ ਆਈ ਰੀਅਲੀ ਲਾਈਕ ਦ ਸੌਂਗ, ਇਟਸ ਵਨ ਆਫ ਮਾਈ ਫੇਵਰੇਟਸ। ਅਫਕੋਰਸ ਲਾਈਕ ਗਿੱਪੀ ਗਰੇਵਾਲ ਕਿਲਡ ਇਟ ਐਂਡ ਇਵਨ ਜ਼ਰੀਨ ਖਾਨ ਟੂ। ਆਲਸੋ ਆਈ ਵਾਂਟ ਟੂ ਸੇ ਸਮਥਿੰਗ ਕਿ ਗਿੱਪੀ ਔਰ ਜ਼ਰੀਨ ਨੇ ਮਿਲ ਕੇ ਦਿਲ 'ਤੇ ਡਾਕਾ ਮਾਰਿਆ, ਦੈਟਸ ਆਲ ਆਈ ਵਾਂਟ ਟੂ ਸੇ। ਇਹ ਸੀ ਸਾਡੀ ਟੋਰਾਂਟੋ ਪਬਲਿਕ ਦੇ ਰਿਵਿਊਜ਼ ਡਾਕਾ ਮੂਵੀ ਦੀ। ਡਾਕਾ ਮੂਵੀ ਦਾ ਪ੍ਰੀਮੀਅਰ ਬਹੁਤ ਹੀ ਸੋਹਣਾ ਰਿਹਾ ਹੈ, ਸਭ ਦੇ ਵੱਲੋਂ ਬਹੁਤ ਸੋਹਣੇ ਸੋਹਣੇ ਰਿਵਿਊਜ਼ ਮਿਲੇ ਨੇ ਇਸ ਮੂਵੀ 'ਚ। ਥ੍ਰਿਲਰ ਸੀ, ਸਸਪੈਂਸ ਸੀ, ਇੱਥੋਂ ਤੱਕ ਕਿ ਐਕਸ਼ਨ ਵੀ ਸੀ, ਕਾਮੇਡੀ ਵੀ ਸੀ, ਮਤਲਬ ਉਹਨਾਂ ਨੇ ਮੂਵੀ ਨੂੰ ਹਰ ਪਾਸਿਓਂ ਬੰਨ੍ਹ ਕੇ ਰੱਖਿਆ ਆ, ਤੁਹਾਨੂੰ ਕਿਤੇ ਵੀ ਟੁੱਟਣ ਨਹੀਂ ਦਿੰਦੀ। ਇਸ ਮੂਵੀ ਦਾ ਮਿਊਜ਼ਿਕ ਸਭ ਨੇ ਬਹੁਤ ਸਰਾਇਆ ਹੈ, ਗਿੱਪੀ ਗਰੇਵਾਲ ਦੇ ਪੁਰਾਣੇ ਸੌਂਗਸ ਭਾਵੇਂ ਫੁਲਕਾਰੀ ਅਤੇ ਬੇਲ ਬੂਟੀਆਂ ਨੂੰ ਵੀ ਇੱਕ ਨਵੇਂ ਵਰਜ਼ਨ 'ਚ ਸੁਣ ਕੇ ਸਭ ਨੂੰ ਬਹੁਤ ਚੰਗਾ ਲੱਗਿਆ ਆ। ਅਤੇ ਇਹ ਮੂਵੀ ਰਿਲੀਜ਼ ਹੋ ਰਹੀ ਹੈ ਇਸ ਫਰਾਈਡੇ 1 ਨਵੰਬਰ ਨੂੰ। ਪਲੀਜ਼ ਜ਼ਰੂਰ ਜਾਓ ਅਤੇ ਵੇਖੋ ਮੂਵੀ ਡਾਕਾ।